ਇਹ ਤਸਵੀਰਾਂ ਦੁਨੀਆ ਦੇ ਸਭ ਤੋਂ ਉੱਚੇ ਖੰਡੇ ਦੀਆਂ ਨੇ ਜੋ ਸਥਾਪਨਾ ਤੋਂ ਮਹਿਜ਼ ਸਵਾ ਸਾਲ ਬਾਅਦ ਹੀ ਡਿੱਗ ਪਿਆ। ਅਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਵਿੱਚ 81 ਫੁੱਟ ਉੱਚਾ ਇਹ ਖੰਡਾ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਹਾੜੇ ਦੇ ਮੌਕੇ ਸਥਾਪਿਤ ਕੀਤਾ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਖੰਡਾ ਪੰਥ ਨੂੰ ਸਮਰਪਿਤ ਕੀਤਾ, ਪਰ ਸਾਲ ਬੀਤਦੇ ਬੀਤਦੇ 3 ਟਨ ਵਜ਼ਨੀ ਇਹ ਖੰਡਾ ਟੇਢਾ ਹੋਣ ਲੱਗਿਆ। ਉਸ ਵੇਲੇ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਆਖਿਰਕਾਰ ਬੀਤੇ ਦਿਨ ਚੱਲੀ ਤੇਜ਼ ਹਵਾ ਅਤੇ ਮੀਂਹ ਦੇ ਕਾਰਨ ਇਹ ਡਿੱਗ ਪਿਆ। ਇਹ ਖੰਡਾ ਸੰਤ ਕਰਨੈਲ ਸਿੰਘ ਟੱਲੇਵਾਲਾ ਦੀ ਦੇਖ ਰੇਖ ਵਿੱਚ ਸਤਨਾਮ ਫੈਬਰੀਕੇਸ਼ਨ ਦੇ ਵੱਲੋਂ ਤਿਆਰ ਕੀਤਾ ਗਿਆ ਸੀ। ਖੰਡੇ ਨੂੰ ਬਣਾਉਣ ਵਿੱਚ 3 ਮਹੀਨਿਆਂ ਦਾ ਸਮਾਂ ਲੱਗਿਆ, ਜਦਕਿ ਲਾਗਤ ਆਈ ਸੀ ਕਰੀਬ 2.5 ਲੱਖ ਰੁਪਏ। ਖੰਡੇ ਨੂੰ ਸਥਾਪਿਤ ਕਰਨ ਦੇ ਲਈ ਪੰਜ ਪਿਆਰਾ ਪਾਰਕ ਵਿੱਚ 39 ਫੁੱਟ ਉੱਚੀ ਫਾਊਂਡੇਸ਼ਨ ਬਣਾਈ ਗਈ, ਜਿਸ 'ਤੇ 42 ਫੁੱਟ ਉੱਚਾ ਅਤੇ 18 ਫੁੱਟ ਚੌੜਾ ਸਟੀਲ ਦਾ 3 ਕੁਇੰਟਲ ਵਜ਼ਨੀ ਖੰਡਾ ਲਾਇਆ ਗਿਆ, ਜਿਸ ਨਾਲ ਇਸ ਦੀ ਕੁੱਲ ਉਚਾਈ 81 ਫੁੱਟ ਹੋ ਗਈ। ਖੰਡੇ ਦੇ ਵਿੱਚ ਲੱਗੇ ਬਾਟੇ ਦੀ ਚੜ੍ਹਾਈ ਕਰੀਬ 10 ਫੁੱਟ ਅਤੇ ਡੂੰਘਾਈ 3 ਫੁੱਟ ਹੈ। ਅਨੰਦਪੁਰ ਸਾਹਿਬ ਦੇ ਵਾਸੀ ਖੰਡੇ ਦੀ ਇਸ ਹਾਲਤ ਨੂੰ ਲੈ ਕੇ ਹੁਣ ਸਵਾਲ ਚੁੱਕ ਰਹੇ ਨੇ। ਸਿੱਖ ਧਰਮ ਦਾ ਸ਼ਰਧਾ ਦਾ ਪ੍ਰਤੀਕ ਹੈ। ਥੋੜ੍ਹਾ ਜਿਹਾ ਪਹਿਲਾਂ ਵੀ ਨਾ ਇਹ ਮਕੈਨਿਕ ਨੂੰ ਸੁਣਾ, ਪਹਿਲਾਂ ਥੋੜ੍ਹਾ ਡੇਢਾ ਹੋ ਗਿਆ ਸੀ। ਅੱਜ ਬਾਰਿਸ਼ ਨੇਰੀ ਤੇਜ਼ ਆਉਣ ਨਾਲ ਥੋੜ੍ਹਾ ਗਿਰ ਗਿਆ ਸਾਰਾ, ਹੁਣ ਤਾਂ ਇਹ ਤਕਰੀਬਨ ਲਾਉਣਾ ਪੈਣਾ ਸਾਰਾ ਹੀ। ਅਸੀਂ ਪ੍ਰਸ਼ਾਸਨ ਦੇ ਵਿੱਚ ਨੂੰ ਵੀ ਦੱਸਿਆ ਗਿਆ ਸੀਗਾ, ਅਖਬਾਰਾਂ ਵਿੱਚ ਵੀ ਖਬਰਾਂ ਲੱਗੀਆਂ ਸੀਗੀਆਂ ਵੀ ਟੇਢਾ ਹੋ ਗਿਆ। ਜਿਨ੍ਹਾਂ ਬਾਬਿਆਂ ਨੇ ਇਹ ਸੇਵਾ ਕਰਾਈ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀਗਾ, ਪਰ ਕੁਛ ਨਹੀਂ ਹੋਇਆ। ਜਿਸ ਦਾ ਨਤੀਜਾ ਇਹ ਹੋਇਆ ਵੀ ਖੰਡਾ ਹਨੇਰੀ ਆਉਣ ਕਰਕੇ ਗਿਰ ਗਿਆ,